ਸਤਿ ਸ਼੍ਰੀ ਅਕਾਲ, ਨਮਸਤੇ ਅਦਾ ਦੋਸਤੋ, ਕਿਆ ਹਾਲ ਚਾਲ ਦੋਸਤੋ। ਤੁਹਾਡੇ ਲਈ ਨਈ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਅਤੇ ਅੱਜ ਜਿਹੜੀ ਜਗ੍ਹਾ 'ਤੇ ਪਹੁੰਚੇ ਹਾਂ ਉਹਦਾ ਤੁਹਾਨੂੰ ਬਿਆਨ ਇਸ ਬੋਲੀ ਰਾਹੀਂ ਕਰਦੇ ਹਾਂ। ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਸਕੂਟਰੀ। ਮੈਂ ਕਿਹਾ ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਸਕੂਟਰੀ। ਤੁਹਾਡਾ ਭਾਈ ਗੁਰਵਿੰਦਰ ਪਹੁੰਚਿਆ ਖਾਣ ਟਿੰਕੂ ਬਾਈ ਦੀ ਕੁਲਚਾ ਨਿਊਡਰੀ। ਅਤੇ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਜੀ ਬੱਸੀ ਸ਼ੇਖ ਰੋਡ 'ਤੇ, ਵਿਜੇ ਬੈਂਕ ਦੇ ਬਿਲਕੁਲ ਨੇੜੇ। ਇੱਥੇ ਅਸੀਂ ਟੇਸਟ ਕਰਨ ਆਏ ਬਿਰਿਆਨੀ ਐਂਡ ਕੁਲਚਾ ਨਿਊਡਰੀ, ਉਹ ਜਾਂ ਨਿਊਡਰੀ ਕੁਲਚਾ ਵੀ ਕਹਿ ਸਕਦੇ ਹੋ। ਅਤੇ ਭਾਅ ਜੀ ਦੇ ਨਾਲ ਗੱਲਬਾਤ ਕਰਦੇ ਹਾਂ, ਅਤੇ ਬਾਕੀ ਜੇ ਲੋਕੇਸ਼ਨ ਨਾ ਸਮਝ ਲੱਗੀ ਹੋਈ ਡਿਸਕ੍ਰਿਪਸ਼ਨ ਵਿੱਚ ਅਸੀਂ ਤੁਹਾਨੂੰ ਲੋਕੇਸ਼ਨ ਦੇ ਦਾਂਗੇ ਜੀ। ਅਤੇ ਆਓ ਫਿਰ ਸਰ ਦੇ ਨਾਲ ਗੱਲਬਾਤ ਕਰਦੇ ਹਾਂ। ਦੋਸਤੋ, ਆਹ ਸਾਡੇ ਟਿੰਕੂ ਭਾਅ ਜੀ ਹੈ, ਜਿਨ੍ਹਾਂ ਦਾ ਇੱਥੇ ਨਿਊਡਰੀ ਕੁਲਚੇ ਦਾ ਕੰਮ ਹੈਗਾ, ਅਤੇ ਸਰ ਨਾਲ ਨਾਲ ਬਿਰਿਆਨੀ ਦਾ ਕੰਮ ਵੀ ਕਰਦੇ ਨੇ। ਸਰ ਇਹ ਕੰਮ ਕਰਦੇ ਹੋਏ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ? ਇੱਥੇ 3 ਸਾਲ ਹੋ ਗਏ ਨਿਊਡਰੀ ਕੁਲਚੇ ਦਾ ਕੰਮ। ਅੱਛਾ ਜੀ, ਅਤੇ ਆਪਣਾ ਸ਼ੋਪ ਦਾ ਪੂਰਾ ਲੋਕੇਸ਼ਨ ਥੋੜ੍ਹਾ ਦੱਸੋਗੇ ਆਪਣੇ ਵਿਵਰਸ ਨੂੰ? ਆਹ ਹੈਗਾ ਨੌ ਬਸਤੀ ਰੋਡ, ਵਿਜੇ ਬੈਂਕ ਦੇ ਕੋਲ। ਅੱਛਾ ਜੀ, ਸ਼ੋਪ ਦਾ ਨਾਮ ਹਰ ਰਾਏ ਪੈਂਦਾ ਹੈ ਨਾ? ਹਾਂਜੀ, ਹਰ ਰਾਏ ਨਾਮ ਤੋਂ। ਅਤੇ ਸਰ ਇਹ ਦੱਸ ਸਕਦੇ ਸ਼ੁਰੂਆਤ ਕਿੱਦਾਂ ਹੋਈ ਇਸ ਕੰਮ ਦੀ? ਇਹ ਕੰਮ ਦੀ ਮੇਰੇ ਵੱਡੇ ਭਰਾ ਨੇ ਸਲਾਹ ਦਿੱਤੀ ਜੀ ਕਿ ਮੈਂ ਗੁਰੂ ਕਿਰਪਾ ਵਾਲੇ ਹੈਗੇ ਚਪਾਤੀ ਵਾਲੇ, ਜਿਹਨਾਂ ਦੀ ਚਾਂਪ ਦਾ ਕੰਮ। ਹਾਂਜੀ ਜੀ, ਕਿਆ ਬਾਤ ਹੈ। ਅੱਛਾ, ਉਹਨਾਂ ਨੇ ਤੁਹਾਨੂੰ ਸਲਾਹ ਦਿੱਤੀ ਕਿ ਤੁਸੀਂ ਆਹ ਚਾਂਪ ਨਿਊਟਰੀ ਕੁਲਚੇ ਦਾ ਕੰਮ ਸ਼ੁਰੂਆਤ ਕਰੋ? ਹਾਂਜੀ ਜੀ, ਹਾਂਜੀ। ਅਤੇ ਫਿਰ ਉਹਨਾਂ ਤੋਂ ਲੱਗੇ ਸਿੱਖੇ ਹੋਏ ਹੋਣਗੇ ਥੋੜ੍ਹਾ ਬਹੁਤਾ? ਹਾਂਜੀ ਹਾਂਜੀ, ਥੋੜ੍ਹੇ ਦਿਨ ਉਹਨਾਂ ਕੋਲ ਆਏ ਸੀ ਮੈਂ। ਅੱਛਾ ਜੀ, ਅਤੇ ਫਿਰ ਉਹਨਾਂ ਦਾ ਕੰਮ ਸਿਖਾਇਆ ਸੀ ਦਾਦਾ। ਅੱਛਾ ਜੀ, ਫਿਰ ਉਸ ਤੋਂ ਬਾਅਦ ਫਿਰ ਇੱਥੇ ਉਹਨਾਂ ਨੇ ਖੁਲਵਾ ਕੇ ਦਿੱਤੀ ਹੈ ਨਾ? ਹਾਂਜੀ। ਸਰ ਗੁਰੂ ਕਿਰਪਾ ਵਾਲੇ ਨੇ। ਇਸ ਤੋਂ ਪਹਿਲਾਂ ਕੰਮ ਕੀ ਕਰਦੇ ਸੀਗੇ? ਇਸ ਤੋਂ ਪਹਿਲਾਂ ਮੈਂ ਬਰਗਰ ਦਾ ਕਰਦਾ ਸੀ, ਫਾਸਟ ਫੂਡ ਦਾ, ਨਿਊਡਲ ਬਰਗਰ ਪੈਟੀ ਦੀ ਦੁਕਾਨ ਸੀ ਬਸਤੀ ਸ਼ੇਖ ਛੋਟੇ ਗੁਰਦੇ ਕੋਲ। ਕਿਆ ਬਾਤ ਹੈ ਜੀ, ਅਤੇ ਉਸ ਤੋਂ ਬਾਅਦ ਇੱਧਰ ਕਿੱਦਾਂ ਆਉਣਾ ਹੈ ਮੈਂ ਥੋੜ੍ਹਾ? ਆਹ ਮੇਰੇ ਭਰਾ ਨੇ ਸਲਾਹ ਦਿੱਤੀ ਨਾ ਵੱਡੇ ਕਿ ਉਹ ਇੱਥੇ ਕੰਮ ਖੋਲੂਗੇ ਅਤੇ ਵਧੀਆ ਚੱਲੂਗਾ ਤੇਰਾ, ਕਿ ਸਾਰੀ ਸਲਾਹ ਮੈਨੂੰ ਉਹਨਾਂ ਨੇ ਦਿੱਤੀ ਸੀ। ਅੱਛਾ ਜੀ, ਅਤੇ ਉਦੋਂ ਉੱਥੇ ਫਿਰ ਦੁਕਾਨ ਵਿੱਚ ਨੂਡਲ ਬਰਗਰ ਪੈਕਿੰਗ ਸੀ ਜਾਂ ਆਲਰਾਊਂਡ? ਨਹੀਂ, ਦੋਨੇ ਚੀਜ਼ਾਂ ਸੀ, ਪੈਕਿੰਗ ਵੀ ਅਤੇ ਮਤਲਬ ਉੱਦਾਂ ਵੀ ਖਾਂਦੇ ਸੀ ਲੋਕ। ਓਕੇ, ਹੁਣ ਇੱਥੇ ਤੁਹਾਡੇ ਕੋਲ ਜਿਹੜਾ ਨਿਊਟਰੀ ਹੈਗੀ ਆ ਜਾਂ ਕੁਲਚਾ ਹੈਗਾ, ਇਹਦੇ ਵਿੱਚ ਕੀ ਖਾਸੀਅਤ ਜਿਹੜਾ ਲੋਕ ਇੱਥੇ ਖਾਣ ਆਉਂਦੇ? ਮੈਂ ਦੇਖ ਰਿਹਾ ਕਾਫੀ ਭੀੜ ਲੱਗੀ ਹੋਈ ਸੀ ਇੱਥੇ। ਹਾਂ, ਇਹਨਾਂ 'ਚ ਮਸਾਲੇ ਮਸੂਲੇ ਲਾਈਟ ਹੈਗੇ ਬਿਲਕੁਲ ਜੀ, ਅਤੇ ਕਿਸੇ ਨੁਕਸਾਨ ਨਹੀਂ ਹੈਗਾ, ਕੁਛ ਨਹੀਂ ਹੈਗਾ, ਕਿ ਮਤਲਬ ਕਿ ਸਾਰੇ ਸਵਾਦ ਨਾਲ ਮਤਲਬ ਖਾਂਦੇ ਆ ਜੀ। ਅਤੇ ਤੜਕਾ ਤੁਸੀਂ ਫਿਰ ਖੁਦ ਤਿਆਰ ਕਰਦੇ ਹੋ ਕਿੱਦਾਂ? ਕੀ ਸਾਦਾ ਤੜਕਾ ਕੀ ਪਾਉਂਦੇ ਹੋ ਉਹਦੇ ਵਿੱਚ? ਇਹਦੇ ਵਿੱਚ ਸਾਰਾ ਗਾਜਰ, ਮਸ਼ਰੂਮ, ਪਿਆਜ਼, ਸ਼ਿਮਲਾ ਮਿਰਚ, ਇਹਦਾ ਸਾਰਾ ਤੜਕਾ ਲਾਉਂਦੇ ਜੀ। ਅੱਛਾ, ਨਿਊਡਰੀ ਨੂੰ। ਅਤੇ ਫਿਰ ਨਾਲ ਕਿਹੜਾ ਬਟਰ ਪਾਉਂਦੇ ਹੋ ਵਿੱਚ? ਅਮੂਲ ਬਟਰ ਪਾਈਦਾ ਜੀ। ਅੱਛਾ ਜੀ, ਅਤੇ ਉਹਦਾ ਦੂਜਾ ਦੂਜਾ ਬਟਰ ਵੀ ਮਿਲਦਾ ਤੁਹਾਡੇ ਤੋਂ? ਹਾਂਜੀ, ਨਿਊਡਲ ਆਈ। ਅੱਛਾ, ਸਰ ਇਹਦਾ ਰੇਟ ਕੀ ਹੈਗਾ? ਨਿਊਡਰੀ ਕੁਲਚਾ ਜੀ ਪਲੇਟ ਹੈਗੀ 35 ਰੁਪਏ ਪਲੇਟ ਸਿੰਪਲ, ਜਿਹੜਾ ਮੂਲ ਮੱਖਣ ਪਾ ਕੇ ਹੈਗਾ 40 ਰੁਪਏ ਪਲੇਟ ਜੀ। ਜਿਹੜੀ ਬਿਰਿਆਨੀ ਅਸੀਂ ਵੇਚਦੇ ਹਾਂ ਉਹ 50 ਰੁਪਏ ਪਲੇਟ ਹੈਗੀ, ਫੁੱਲ ਹਾਫ 30 ਰੁਪਏ ਦੀ ਹੈਗੀ ਜੀ। ਓਕੇ ਜੀ, ਉਹਦੇ ਵਿੱਚ ਵੀ ਮੂਲ ਦਾ ਬਟਰ ਹੀ ਆ ਵਿਦਆਊਟ? ਨਹੀਂ, ਦੂਜਾ ਜੀ, ਨਿਊਡਲ ਆਈ। ਅਤੇ ਪੈਕਿੰਗ ਵੀ ਹੈਗੀ ਆ? ਹਾਂਜੀ, ਪੈਕਿੰਗ ਜੀ। ਅਤੇ ਸਰ ਉਸਦਾ ਆਪਣਾ ਕੀ ਕਹਿੰਦੇ, ਇੱਥੇ ਕਿੰਨੇ ਵਜੇ ਆ ਜਾਂਦੇ ਹੋ ਸਵੇਰੇ? ਸਵੇਰੇ 10 ਵਜੇ ਆਈਦੇ ਭਾਅ ਜੀ। 10 ਵਜੇ ਆ ਜਾਂਦੇ, ਕਿੰਨੇ ਵਜੇ ਤੱਕ ਹੁੰਦੇ ਹੋ ਇੱਥੇ? ਵਧੀਆ, 3:30-4 ਵਜੇ ਤੱਕ ਹੋਈਦਾ ਜੀ। ਅੱਛਾ, ਕਿਆ ਬਾਤ ਹੈ ਜੀ। ਅਤੇ ਮਤਲਬ ਜਿੱਦਾਂ ਕਿਸੇ ਨੇ ਘਰ ਮੰਗਾਉਣਾ ਹੋਵੇ ਉਹਦੇ ਵਾਸਤੇ ਵੀ ਹੋਜੂਗਾ? ਹਾਂਜੀ ਹਾਂਜੀ, ਉਹਨਾਂ ਵਾਸਤੇ ਵੀ ਹੋਜੂਗਾ ਜੀ। ਕੈਟਰਿੰਗ ਵਗੈਰਾ? ਕੈਟਰਿੰਗ ਵਗੈਰਾ ਨਹੀਂ ਭਾਅ ਜੀ। ਅੱਛਾ, ਕੈਟਰਿੰਗ ਵਗੈਰਾ ਨਹੀਂ ਕਰਦੇ। ਅਤੇ ਇਸ ਤੋਂ ਇਲਾਵਾ ਕੀ ਕਹਿੰਦੇ ਆ, ਜਿੱਦਾਂ ਮੈਂ ਕਿਸੇ ਨੇ ਵੱਡੇ ਥੋੜ੍ਹੇ ਛੋਟੇ ਫੰਕਸ਼ਨ ਵਾਸਤੇ ਮੈਂ 100 ਬੰਦਿਆਂ ਵਾਸਤੇ ਔਡਰ ਕਰਨਾ ਹੋਵੇ ਉਹ ਕਰ ਦੋਗੇ? ਹਾਂਜੀ, ਸਾਰਾ ਕੁਛ ਹੈ। ਅਤੇ ਦੋਸਤੋ, ਬਿਰਿਆਨੀ ਬਣਦੀ ਹੋਈ ਤਾਂ ਤੁਸੀਂ ਦੇਖ ਲਈਏ, ਅਤੇ ਨਿਊਟਰੀ ਕੁਲਚਾ ਬਣਦਾ ਵੀ ਤੁਸੀਂ ਦੇਖ ਲਿਆ। ਹੁਣ ਭੁੱਖ ਲੱਗ ਗਈ ਆ, ਹੁਣ ਵੇਟ ਨਹੀਂ ਹੁੰਦਾ, ਅਤੇ ਹੁਣ ਸਾਡੇ ਸਾਹਮਣੇ ਇਹਨਾਂ ਦਾ ਕੁਲਚਾ ਵੀ ਆ ਗਿਆ, ਜੋ ਇਹਨਾਂ ਨੇ ਕੀ ਕਹਿੰਦੇ ਤਵੇ 'ਤੇ ਰੱਖ ਕੇ ਨਾਲ ਮਸਾਲਾ ਮਸੂਲਾ ਲਗਾ ਕੇ ਮੈਂ ਕਿਹਾ ਪੂਰੀ ਚੰਗੀ ਤਰ੍ਹਾਂ ਗਰਮ ਕੀਤਾ। ਅਤੇ ਦੂਜੇ ਪਾਸੇ ਸਾਡੇ ਕੋਲ ਆ ਚੁੱਕੇ ਜੀ, ਆਹ ਦੇਖੋ ਬਿਰਿਆਨੀ, ਇੱਧਰ ਵਾਲੇ ਪਾਸੇ ਬਿਰਿਆਨੀ, ਅਤੇ ਇੱਧਰ ਹੈਗਾ ਨਿਊਟਰੀ ਕੁਲਚਾ, ਇੱਧਰ ਹੈਗਾ ਨਿਊਟਰੀ। ਨਾਲ ਦੋਸਤੋ ਇਹ ਦਿੰਦੇ ਨੇ ਅਮੁਲ ਦਾ ਬਟਰ, ਅਤੇ ਨਾਲ ਦਿੰਦੇ ਨੇ ਪੁਦੀਨੇ ਵਾਲੀ ਚਟਨੀ।
ਚਟਨੀ ਦੇ ਵਿੱਚ ਇਹਨਾਂ ਨੇ ਇਮਲੀ ਪਾਈ ਆ, ਪੁਦੀਨਾ ਪਾਇਆ ਅਤੇ ਧਨੀਆ ਪਾਇਆ ਅਤੇ ਵਿੱਚ ਇਹਨਾਂ ਨੇ ਪਾਇਆ ਕੀ ਕਹਿੰਦੇ ਇਮਲੀ ਪਾਈ ਆ ਇਮਲੀ। ਅਤੇ ਗੱਲ ਕੀਤੀ ਹੈ ਹੁਣ ਟੇਸਟ ਦੀ, ਟੇਸਟ ਕਰਦੇ ਹਾਂ ਅਤੇ ਰੇਟ ਵੀ ਤੁਹਾਨੂੰ ਦੱਸ ਦਈਏ। 40 ਰੁਪਏ ਦੀ ਪਲੇਟ ਆ ਜਿਹਦੇ ਵਿੱਚ 2 ਕੁਲਚੇ ਵਿਦ ਨਾਲ ਇਹਨਾਂ ਦੀ ਕੀ ਕਹਿੰਦੇ ਆ ਪੁਦੀਨਾ ਚਟਨੀ ਅਤੇ ਨਾਲ ਇਹਨਾਂ ਨਿਊਟਰੀ ਅਤੇ ਨਾਲ ਇਹਨਾਂ ਬਟਰ ਅਮੁਲ ਦਾ ਬਟਰ ਮਿਲਦਾ। ਫਸਟ ਬਾਈਟ ਲੈਂਦੇ ਹਾਂ ਇਹਨਾਂ ਦੀ ਕੁਲਚੇ ਦੀ। ਆਹ ਦੇਖੋ ਕੁਲਚਾ ਇੱਕਦਮ ਸੋਫਟ ਆ ਜੀ, ਹਲਕਾ ਹੱਥ ਲਗਾਉਣ 'ਤੇ ਟੁੱਟ ਜਾਂਦਾ ਇਹਨਾਂ ਦਾ ਕੁਲਚਾ, ਅਤੇ ਨਾਲ ਅਮੁਲ ਬਟਰ ਪਾ ਲਿਆ ਨਿਊਟਰੀ ਉੱਤੇ। ਅਤੇ ਜੀ ਟੇਸਟ ਕਰਦੇ ਹਾਂ, ਫਸਟ ਬਾਈਟ ਲੈਂਦੇ ਹਾਂ। ਕਿਆ ਬਾਤ ਹੈ ਜੀ, ਫਲੇਵਰ ਕਿਆ ਬਾਤ ਹੈ। ਜਿਹੜੀ 200 ਕੁਲਚੇ ਦੀ ਸੋਫਟਨੈਸ ਉਹ ਤਾਂ ਕਾਇਮ ਹੈਗੀ ਆ, ਅਤੇ ਨਾਲ ਗੱਲ ਕੀਤੀ ਹੈ ਜੋ ਇਹਨਾਂ ਦੀ ਨਿਊਟਰੀ ਕਮਾਲ ਦੀ ਆ ਇੱਕਦਮ। ਮੈਂ ਕਿਹਾ ਜੋ ਮਸਾਲੇ ਹੈਗੇ ਆ ਨਿਊਟਰੀ ਵਿੱਚ, ਮੈਂ ਕਿਹਾ ਬਿਲਕੁਲ ਜਾਇਜ਼ ਜਾਇਜ਼ ਪਾਇਆ, ਜਿਹਨੂੰ ਕਹਿ ਸਕਦੇ ਅਸੀਂ ਬਿਲਕੁਲ ਨੋਰਮਲ। ਐਂਡ ਜੋ ਫਲੇਵਰ ਹੈਗਾ ਮਸਾਲੇ ਦਾ ਕਮਾਲ ਦਾ ਆ ਜੀ, ਅਤੇ ਨਿਊਟਰੀ ਇੱਕਦਮ ਸੋਫਟ ਆ, ਕੋਈ ਕੱਚੀ ਪੱਕੀ ਨਹੀਂ ਰਹਿ ਗਈ, ਬਿਲਕੁਲ ਇੱਕਦਮ ਕੁੱਕਡ ਆ, ਵੈਲ ਕੁੱਕਡ ਆ, ਅਤੇ ਬਹੁਤ ਵਧੀਆ ਤਰੀਕਾ ਇਹਨਾਂ ਦਾ ਸਰਵ ਕਰਨ ਦਾ। ਲਓ ਜੀ ਬਾਈਟ ਦੁੱਸੀ ਲੈਂਦੇ ਹਾਂ। ਸਪੈਸ਼ਲ 200 ਜੋ ਇਹਦੇ ਵਿੱਚ ਨਾ ਨਿਊਟਰੀ ਵਿੱਚ ਚਟਪੜਾ ਹਲਕਾ ਜੋ ਟੇਸਟ ਆ ਰਿਹਾ ਨਾ ਉਹ ਕਮਾਲ ਦਾ ਹੀ ਆ। ਐਂਡ ਮਸਾਲੇ ਬਿਲਕੁਲ ਨੋਰਮਲ ਆਏ ਆ, ਨਾਲ ਤੜਕਾ ਲਾਉਂਦੇ ਹੋਏ ਇਹਨਾਂ ਨੇ ਆਲ ਰਾਊਂਡ ਵੈਜੀਟੇਬਲਸ ਪਾਈਆਂ ਸੀ ਜੋ ਕਿ ਹੈਲਥ ਵਾਸਤੇ ਬਹੁਤ ਵਧੀਆ। ਨਾਲ ਟੇਸਟ ਕਰਦੇ ਇਹਨਾਂ ਦੀ ਮੂਲੀ ਵਾਲੀ ਚਟਨੀ ਅਤੇ ਨਾਲ ਇਹਨਾਂ ਦੀ ਨਿਊਟਰੀ। ਬੈਡ ਲੈਂਦੇ ਹਾਂ ਦੋਨਾਂ ਦੀ ਇਕੱਠਿਆਂ ਦੀ ਅਤੇ ਟੇਸਟ ਕਰਦੇ। ਕਿਆ ਬਾਤ ਹੈ, ਲਾਜਵਾਬ ਚਟਨੀ ਆ। ਆਰਡਰ ਜੋ ਫਲੇਵਰ ਹੈਗਾ ਜੀ ਕਮਾਲ ਦਾ, ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਤੁਸੀਂ ਇੱਥੇ ਆ ਕੇ ਟੇਸਟ ਕਰੋ, ਲੋਕੇਸ਼ਨ ਨੀਚੇ ਡਿਸਕ੍ਰਿਪਸ਼ਨ ਬੋਕਸ 'ਚ ਦਿੱਤੀ ਹੋਈ ਆ। ਹੁਣ ਟੇਸਟ ਕਰਦੇ ਹਾਂ ਦੋਸਤੋ ਇਹਨਾਂ ਦੀ ਬਿਰਿਆਨੀ। ਕਿਆ ਬਾਤ ਹੈ, ਨੋਰਮਲ। ਅਸੀਂ 200 ਕਈ ਦੁਕਾਨਾਂ 'ਤੇ ਅਸੀਂ ਜਿਲ੍ਹੇ ਖਾਂਦੇ ਹਾਂ ਬਿਰਿਆਨੀ, ਉਹਦੇ ਵਿੱਚ ਮਿਰਚਾਂ ਬਹੁਤ ਜ਼ਿਆਦਾ ਪਾਈਆਂ ਹੁੰਦੀਆਂ, ਪਰ ਜੋ ਇਹਨਾਂ ਨੇ ਮਿਰਚਾਂ ਨਾ ਬਿਲਕੁਲ ਨੋਰਮਲ ਪਾਈਆਂ, ਅਤੇ ਦੂਜੀ ਗੱਲ ਇਹਦੇ ਵਿੱਚ ਨਿਊਟਰੀ ਪਈ ਆ। ਐਟ ਅ ਟਾਈਮ ਤੁਹਾਨੂੰ ਤੜਕਾ ਲਾ ਕੇ ਦਿਓਗੇ ਜੀ, ਗਰਮਾ ਗਰਮ ਤੜਕਾ ਲਾ ਕੇ ਤੁਹਾਨੂੰ ਸਰਵ ਕਰੂਗੇ ਐਟ ਅ ਟਾਈਮ। ਆਲ ਰਾਊਂਡ ਦੋਸਤੋ ਇਹਨਾਂ ਦੀ ਨਿਊਟਰੀ ਕੁਲਚਾ ਬਿਰਿਆਨੀ ਟੇਸਟ ਕਰ ਚੁੱਕੇ ਹਾਂ, ਬਹੁਤ ਕਮਾਲ ਦਾ ਟੇਸਟ ਸੀਗਾ। ਜੋ ਸਪੈਸ਼ਲ ਇਹਨਾਂ ਦੀ ਬਿਰਿਆਨੀ ਹੈਗੀ ਨਾ ਕਮਾਲ ਦੀ ਹੈਗੀ, ਮੂੰਹ 'ਚ ਜਾਂਦੇ ਸਾਰੀ ਘੁਲ ਜਾਂਦੀ ਆ। ਬਿਰਿਆਨੀ ਤਾਂ ਕਮਾਲ ਦੀ ਹੈਗੀ ਆ, ਬਟ ਨਾਲ ਜੋ ਨਾ ਇਹਨਾਂ ਦਾ ਨਿਊਟਰੀ ਕੁਲਚਾ ਉਹ ਨਾਲ ਜੋ ਕੀ ਕਹਿੰਦੇ ਬਟਰ ਫਲੇਵਰ ਹੋਣ ਕਰਕੇ, ਬਟਰੀ ਫਲੇਵਰ ਹੋਣ ਕਰਕੇ ਨਾ ਮੈਂ ਕਿਹਾ ਸੋਨੇ 'ਚ ਸੁਹਾਗੇ ਵਰਗਾ ਉਹਦਾ ਟੇਸਟ ਹੈਗਾ। ਐਂਡ ਜੇ ਤੁਹਾਨੂੰ ਇੱਦਾਂ ਦਾ ਨਿਊਟਰੀ ਕੁਲਚਾ ਖਾਣਾ ਤਾਂ ਇੱਥੇ ਲੋਕੇਸ਼ਨ 'ਤੇ ਆ ਕੇ ਟੇਸਟ ਕਰੋ, ਨੀਚੇ ਡਿਸਕ੍ਰਿਪਸ਼ਨ ਵਿੱਚ ਮੈਂ ਲੋਕੇਸ਼ਨ ਦਿੱਤੀ ਹੋਈ ਆ। ਐਂਡ ਸਪੈਸ਼ਲ ਜੇ ਤੁਸੀਂ ਪੈਸੇ ਘਰ ਭੁੱਲ ਗਏ ਹੋ ਤਾਂ ਇੱਥੇ ਤੁਸੀਂ ਆ ਕੇ ਪੇਟੀਐਮ ਵੀ ਕਰ ਸਕਦੇ, ਫੋਨਪੇ ਵੀ ਕਰ ਸਕਦੇ ਹੋ। ਐਂਡ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ, ਅਤੇ ਜੇ ਤੁਹਾਨੂੰ ਇੱਦਾਂ ਦਾ ਕੋਈ ਹੋਰ ਵਧੀਆ ਯੂਨੀਕ ਪਲੇਸ ਪਤਾ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਓ, ਅਸੀਂ ਉੱਥੇ ਵੀ ਜਾ ਕੇ ਟੇਸਟ ਕਰਾਂਗੇ। ਅਤੇ ਦੋਸਤੋ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਮਿਲਦੇ ਫਿਰ ਅਗਲੀ ਵੀਡੀਓ ਵਿੱਚ, ਅਤੇ ਜਾਣ ਤੋਂ ਪਹਿਲਾਂ ਕਮੈਂਟ ਜ਼ਰੂਰ ਕਰ ਦਿਓ ਕਿ ਕਿਹੜੀ ਹੋਰ ਤੁਹਾਨੂੰ ਵਧੀਆ ਪਲੇਸ ਲੱਗਦੀ ਆ, ਅਤੇ ਅਸੀਂ ਉੱਥੇ ਜਾ ਕੇ ਟੇਸਟ ਕਰਾਂਗੇ। ਅਤੇ ਮਿਲਦੇ ਫਿਰ ਅਗਲੀ ਵੀਡੀਓ ਵਿੱਚ। ਲੋ ਜੀ ਦੋਸਤੋ, ਇਸ ਵੇਲੇ ਅਸੀਂ ਆਪਣੀ ਸੀਟ 'ਤੇ ਬਿਰਾਜਮਾਨ ਹੋ ਚੁੱਕੇ ਹਾਂ, ਅਤੇ ਇਸ ਵੇਲੇ ਸਾਡੇ ਕੋਲ ਇਹਨਾਂ ਦੀ ਅੰਨਪੂਰਨ ਥਾਲੀ ਜੋ ਕਿ ਇਹਨਾਂ ਦੀ ਫੇਵਰੇਟ ਮੰਨੀ ਜਾਂਦੀ ਹੈ, ਜਿਹਦੇ ਵਿੱਚ ਇਹਨਾਂ ਕੋਲ ਚਾਹ। ਲੋ ਜੀ ਇੱਦਾਂ ਬਣਦੀ ਹੈ ਦੋਸਤੋ ਕੁਲਾੜੀ। ਉਹ ਬਾਈ ਸਾਹਿਬ ਚੈੱਕ ਦਿਸ ਚਾਟ, ਕਿਆ ਬਾਤ ਹੈ ਜੀ, ਤੇਰੀ ਰੰਗ ਨੇ ਤਾਂ ਮੈਂ ਕਿਹਾ ਮੂੰਹ 'ਚ ਪਾਣੀ ਲਿਆ ਤਾ। ਯੂਨੀਕ ਜਿਹਾ ਟੇਸਟ ਹੈਗਾ, ਮੈਂ ਐਕਚੁਅਲੀ ਇਹਨੂੰ ਟੇਸਟ ਪਹਿਲੀ ਵਾਰ ਕਰ ਰਿਹਾ ਜ਼ਿੰਦਗੀ ਵਿੱਚ। ਲੋ ਜੀ ਦੋਸਤੋ ਇਹਨਾਂ ਦੀ ਗਿਰੀ ਟੇਸਟ ਕਰਦੇ, ਅਤੇ ਇਹ ਹੈਗੀ 550 ਰੁਪਏ ਵਿੱਚ ਗਿਰੀ, ਅਤੇ ਆਹ ਹੈਗੀ 650, ਅਤੇ ਆਹ ਹੈਗੀ 760।